ਕਰਫਿਊ ਦੌਰਾਨ ਝੁੱਬੇ ਦੇ ਲੋਕਾਂ ਲਈ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਦੇ ਵੱਡੇ ਅਫਸਰਾਂ ਦੀ ਲਗਾਤਾਰ 4 ਘੰਟੇ ਚੱਲੀ ਇੱਕ ਮੀਟਿੰਗ ਦੀ ਆਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਅਫਸਰਾਂ ਦੀ ਇਸ ਮੀਟਿੰਗ 'ਚ ਘਰਾਂ 'ਚ ਬੈਠੇ ਲੋਕਾਂ ਨੂੰ ਖਾਸ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਗਿਆ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਹੂਲਤ ਮਹੱਈਆ ਕਰਵਾਈ ਜਾਵੇਗੀ ਮੀਟਿੰਗ ਦੌਰਾਨ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਸਖਤੀ ਨਾਲ ਤਾੜਨਾ ਕੀਤੀ ਗਈ ਹੈ ਜਿਹੜੇ ਘਰਾਂ 'ਚੋਂ ਬਾਹਰ ਨਿਕਲ ਰਹੇ ਲੋਕਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰ ਰਹੇ ਸੀ ਇੱਕ ਵਾਰ ਆਮ ਲੋਕ ਅਤੇ ਵੱਖ-ਵੱਖ ਸ਼ਹਿਰਾਂ 'ਚ ਤੇ ਪ কারফিউ ਦੌਰਾਨ ਡਿਊਟੀ ਕਰ ਰਹੇ ਮੁਲਾਜ਼ਮ ਵੀ ਇਹ ਸਭ ਗੱਲਾਂ ਧਿਆਨ ਨਾਲ ਸੁਣ ਲੈਣ ਨਹੀਂ ਤਾਂ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਮੀਟਿੰਗ 'ਚ ਕਿਹੜੇ-ਕਿਹੜੇ ਫੈਸਲੇ ਕੀਤੇ ਗਏ ਆ ਤੁਸੀਂ ਆਪ ਹੀ ਸੁਣ ਲਓ ਗੁੱਡ ਇਵਨਿੰਗ ਆਲ ਮੈਂ ਹੁਣ ਮੀਟਿੰਗ ਟੈਂਡ ਕਰਕੇ ਆਏ ਆ ਸ਼ਾਮੀ 4 ਵਜੇ ਤੋਂ ਲੈ ਕੇ 8 ਵਜੇ ਤੱਕ ਮੀਟਿੰਗ ਚੱਲੀ ਆ ਡੀਸੀ ਸਾਹਿਬ ਸੀਪੀ ਸਾਹਿਬ ਦੀ ਔਰ ਇਹਦੇ ਵਿੱਚ ਸ਼ਹਿਰ ਦੇ ਸਾਰੇ ਹੀ ਮੈਡੀਕਲ ਸਟੋਰ ਵਾਲੇ ਨੰਬਰ 1 ਨੰਬਰ 2 ਜਿਹਨੇ ਫਰੂਟ ਸਬਜ਼ੀਆਂ ਵਾਲੇ ਨੰਬਰ 3 ਜਿਹੜਾ ਘਰ ਦੇ ਰੈਸ਼ਨ ਵਾਲੇ ਇਹੋ ਜਿਹੜੀਆਂ ਘਰ ਵਿੱਚ ਜ਼ਰੂਰੀ ਵਸਤੂਆਂ ਜਿਹੜੀਆਂ ਖਾਣ ਪੀਣ ਵਾਲੀਆਂ ਦਾ ਪਸ਼ੂਆਂ ਨੂੰ ਪੱਠੇ ਪਾਉਣ ਵਾਲੇ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਵਸਬੰਦੀ ਜਿਹੜੀ 4 ਘੰਟੇ ਮੀਟਿੰਗ ਚੱਲੀ ਆ ਉਹਦੇ 'ਚ ਮੈਂ ਤੁਹਾਨੂੰ 7-8 ਪੁਆਇੰਟ ਦਿਖਾਉਣ ਦੱਸਣ ਲੱਗਾ ਇਹ ਸਾਰੇ ਆਪ ਧਿਆਨ ਨਾਲ ਸੁਣ ਕੇ ਥੱਲਿਓ ਕਾਂਸਟੇਬਲ ਤੋਂ ਲੈ ਕੇ ਉੱਪਰ ਤੱਕ ਜਿਹੜੇ ਥਾਣੇ ਦੇ ਹੈਡ ਤੱਕ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕਿਸੇ ਟਾਈਮ ਵੀ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਜਾਂ ਕੋਈ ਪੁੱਛ ਸਕਦਾ ਤੇ ਇਹ ਨਹੀਂ ਕਹਿਣਾ ਕਿ ਮੈਂ ਬਰੀਫ ਨਹੀਂ ਹੋਇਆ ਇਹਦੀ ਜ਼ਿੰਮੇਵਾਰੀ ਐਸਐਚਓ ਦੀ ਔਰ ਚੁੰਕੀ ਚਾਰਜ ਦੀ ਹੋਊਗੀ ਆਪਣੇ ਥੱਲੇ ਲੱਗੀ ਫੋਰਸ ਨੂੰ ਬਰੀਫ ਕਰਨ ਦੀ ਇਹ ਪੁਆਇੰਟ ਇਸ ਤਰ੍ਹਾਂ ਆ ਨੰਬਰ 1 ਮੈਡੀਕਲ ਸਟੋਰ ਜਿਹੜੇ ਆ ਇਹ ਬੰਦ ਰਹਿਣਗੇ ਇਹਨਾਂ ਦੀਆਂ ਟੀਮਾਂ ਹੋਣਗੀਆਂ ਮੈਡੀਕਲ ਸਟੋਰ ਵਾਲਿਆਂ ਦੀਆਂ ਜਿਹੜੀਆਂ ਟੈਲੀਫੋਨ ਨੰਬਰ ਤੇ ਉਹਨਾਂ ਨੂੰ ਮੈਸੇਜ ਕੀਤਾ ਜਾਊਗਾ ਘਰੋਂ ਜਿਵੇਂ ਮੈਨੂੰ ਕੋਈ ਮੈਡੀਕਲ ਚਾਹੀਦੀ ਆ ਮੈਡੀਸਨ ਫੋਨ ਕਰ ਦਿੱਤਾ ਜਾਊਗਾ ਉਹ ਮੇਰੇ ਘਰੇ ਪਹੁੰਚਾਉਣ ਦੇ ਜ਼ਿੰਮੇਵਾਰ ਹੋਣਗੇ ਉਹ ਜਿਹੜੇ ਬੰਦੇ ਘਰੇ ਪਹੁੰਚਾਉਣਗੇ ਉਹਨਾਂ ਨੂੰ ਪਾਸ ਡੀਸੀ ਸਾਹਿਬ ਵੱਲੋਂ ਮਿਲ ਜਾਣਗੇ ਅਗਰ ਇਹਦੇ ਵਿੱਚ ਇਹ ਵੀ ਚੀਜ਼ ਦਾ ਖਿਆਰ ਖਣਾ ਜੇ ਕਿਸੇ ਕੋਈ ਬੰਦਾ ਕਰੇ ਕਿਸੇ ਦੇ ਮੈਡੀਕਲ ਮੈਡੀਸਨ ਦੇਣ ਜਾ ਰਿਹਾ ਉਹਦੇ ਕੋਲ ਪਾਸ ਹੈ ਠੀਕ ਹੈ ਕਰ ਨਹੀਂ ਵੀ ਆ ਤਾਂ ਤਾਂ ਵੀ ਉਹਨੂੰ ਰੋਕਣਾ ਨਹੀਂ ਨੰਬਰ 2 ਰੇੜੀਆਂ ਜਿਹੜੀਆਂ ਲੱਗਣਗੀਆਂ ਫਰੂਟ ਵਾਲੀਆਂ ਔਰ ਸਬਜ਼ੀਆਂ ਵਾਲੀਆਂ ਘਰਾਂ ਦੇ ਵਿੱਚ ਇਹਨਾਂ ਨੂੰ ਵੀ ਪਾਸ ਦਿੱਤੇ ਜਾਣਗੇ ਔਰ ਇਹ ਘਰਾਂ ਦੇ ਵਿੱਚ ਤੁਰ ਫਿਰ ਕੇ ਸਾਰੇ ਪਬਲਿਕ ਦੇ ਵਿੱਚ ਆਪਣੀਆਂ ਫਰੂਟ ਔਰ ਸਬਜ਼ੀਆਂ ਵੰਡਣਗੇ ਨਹੀਂ ਵੀ ਪਾਸ ਹੋਣਗੇ ਤਾਂ ਵੀ ਇਹਨਾਂ ਨੂੰ ਨਹੀਂ ਰੋਕਣਾ ਨੰਬਰ 3 ਘਰ ਦਾ ਸਮਾਨ ਵਾਸਤੇ ਵੀ ਜਿਹੜਾ ਘਰ ਦਾ ਆਟਾ ਕਿਉਂ ਖੰਡ ਜੋ ਵੀ ਚੀਜ਼ਾਂ ਆ ਇਹ ਵੀ ਇਹਨਾਂ ਕੋਲ ਵੀ ਪਾਸ ਹੋਣਗੇ ਜੇ ਕਿਸੇ ਕੋਲ ਨਹੀਂ ਵੀ ਆ ਤੇ ਉਸ ਸਾਮਾਨ ਕਿਸੇ ਦੇ ਘਰੇ ਪਹੁੰਚਾਉਣ ਜਾ ਰਿਹਾ ਉਹਨੂੰ ਨਹੀਂ ਰੋਕਣਾ ਨੰਬਰ 4 ਦੁੱਧ ਵਾਸਤੇ ਵੀਰਕਾਲੇ ਨੇ ਗੱਡੀਆਂ ਲਾਤੀਆਂ ਵੀਰਕਾਲੇ ਦੇ ਜੀਐਮ ਆਏ ਹੋਏ ਸੀਗੇ ਉਹ ਸਾਰੇ ਘਰਾਂ ਤੇ ਪੈਕੇਟ ਦੇਣਗੇ ਇਸੇ ਤਰ੍ਹਾਂ ਹੀ ਦੂਜੀ ਵੀ ਦੁੱਧ ਵੰਡਣਗੇ ਇਸ ਵਿੱਚ ਕਿਸੇ ਵੀ ਦੁੱਧੀ ਨੂੰ ਨਹੀਂ ਰੋਕਣਾ ਸਵੇਰੇ ਇੱਕ ਕੰਪਲੇਂਟ ਉੱਤੇ ਸੀਪੀ ਸਾਹਿਬ ਕੋ ਪਹੁੰਚੀ ਆ ਵਿਦੀਪਨਗਰ ਦੇ ਵਿੱਚ ਨਾਕੇ ਤੇ ਦੂਜੀ ਵਾਰ ਟਾਇਰ ਦੀ ਹਵਾ ਕੱਢ ਦਿੱਤੀ ਬਹੁਤ ਮਾੜੀ ਗੱਲ ਆ ਜਿਹੜੇ ਵੀ ਉੱਥੇ ਮੁਲਾਜ਼ਮ ਲੱਗੇ ਆ ਜ਼ਿੰਮੇਵਾਰੀ ਫਿਕਸ ਕਰੂੰਗਾ ਮੈਂ ਐਸਐਚਓ ਦੀ ਅਗਰ ਅਜ ਤੋਂ ਬਾਅਦ ਦੁਬਾਰਾ ਗੱਲ ਹੋਈ ਨੰਬਰ 5 ਪੱਤਰਕਾਰਾਂ ਨੂੰ ਬਿਲਕੁਲ ਨਹੀਂ ਰੋਕਣਾ ਚਾਹੇ ਉਹ ਪੱਤਰਕਾਰ ਫੀਲਡ ਦੇ ਵਿੱਚ ਘੁੰਮ ਰਹੇ ਆ ਚਾਹੇ ਉਹ ਆਪਣੇ ਆਫਿਸ ਦੇ ਵਿੱਚ ਲੱਗੇ ਆ ਇਹਦੀ ਕੰਪਲੇਂਟ ਵੀ ਭਾਰਗੋ ਕੈਂਪਠਾਣੇ ਦੀ ਗਈ ਆ ਭੂਸ਼ਣ ਸਬੰਸਪਕਟਰ ਨਾਲ ਮੇਰੀ ਵੀ ਗੱਲ ਹੋਈ ਆ ਉਸ ਬੰਦੇ ਨੇ ਉਹ ਇੱਕ ਕਿਸੇ ਮੁਲਾਜ਼ਮ ਨੂੰ ਰੋਕਿਆ ਤਾਂ ਉਹਨਾਂ ਮਿਸਬੀਬੀ ਕੀਤਾ ਮੇਰੇ ਗੱਲ ਕਰਨ ਤੋਂ ਬਾਅਦ ਵੀ ਮੈਂ ਤੇ ਵੱਖਰਾ ਐਕਸ਼ਨ ਲਵਾਂਗਾ ਹੁਣ ਉਹਦੇ ਤੇ ਔਰ ਉਹਦਾ ਫੋਨ ਚੁੱਕ ਕੇ ਮਾਰਿਆ ਔਰ ਉਹਨੂੰ ਕਈ ਕੁਸ਼ ਬੋਲਿਆ ਜੋ ਸਾਰਾ ਉਸੇ ਉਹਦੇ ਕੋਲ ਰਿਕਾਰਡ ਆ ਸਾਰਾ ਇਹਦੇ ਚ ਐਸਐਚਓ ਦੀ ਨਲੈਕੀ ਮੈਂ ਕਹੂੰਗਾ ਵੀ ਜੇ ਉਹਦੇ ਅੰਡਰ ਜਿਹੜੇ ਜਿਹੜੇ ਥਾਣੇਦਾਰ ਆ ਉਹਦੇ ਕਹਿਣੇ ਚ ਨਹੀਂ ਨੰਬਰ 6 ਪਬਲਿਕ ਨਹੀਂ ਘੁੰਮੂਗੀ ਵੀ ਕੋਈ ਕਵੇ ਮੈਂ ਕਿਤੇ ਜਾ ਰਿਹਾ ਉਹ ਨਹੀਂ ਘੁੰਮੂਗੀ ਹਸਪੀਟਲ ਨੂੰ ਕੋਈ ਜਾਂਦਾ ਜਾਣ ਦਿਓ ਜੇ ਉਹਦੇ ਵਿੱਚ ਜੇ ਬਾਕੀ ਆਸਮਾਨ ਵਿੱਚ ਵਾਲੇ ਘਰਾਂ ਦੇ ਵਿੱਚ ਆਉਣਗੇ ਕੋਈ ਦੁਕਾਨ ਨਹੀਂ ਖੁੱਲੂਗੀ ਜਿਵੇਂ ਅੱਜ 8 ਪਰਚੇ ਦਰਜ ਕੀਤੇ ਆ ਭਾਰਗੋ ਕੈਂਪ ਸਵੇਰੇ ਸਬਜ਼ੀ ਦੀਆਂ ਦੁਕਾਨਾਂ ਲੱਗੀਆਂ ਸੀ ਜਿਹੜੇ ਕਿਸੇ ਵੀ ਐਸਐਚਓ ਦੇ ਏਰੀਆ 'ਚ ਸਬਜ਼ੀ ਦੀ ਦੁਕਾਨ ਮੈਡੀਕਲ ਸਟੋਰ ਜਾਂ ਕੋਈ ਕਰਿਆਨੇ ਦੀ ਦੁਕਾਨ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਦੁਕਾਨ ਖੁੱਲਦੀ ਆ ਉਹਦਾ ਜ਼ਿੰਮੇਵਾਰ ਐਸਐਚਓ ਖੁਦ ਹੋਊਗਾ ਹਰ ਥਾਣੇ 'ਚ ਐਸਐਚਓ ਨਾਲ ਉਹਨਾਂ ਦੇ ਏਸੀਪੀ ਲੱਗੇ ਆ ਇਸ ਕਰਕੇ ਕਿਰਪਾ ਕਰਕੇ ਇਹਦੇ ਨੂੰ ਪੂਰੇ ਧਿਆਨ ਦੇ ਨਾਲ ਲੋਕਾਂ ਨੂੰ ਬਰੀਫ ਕਰੋ ਵੇਅਰ ਕਰੋ ਜਿਹੜਾ ਨਹੀਂ ਮੰਨਦਾ ਠੋਕੇ ਪਰਚਾ ਦਿਓ ਔਰ ਆਹ ਜਿਹੜੇ ਪੁਆਇੰਟ ਲਿਖਾਏ ਆ ਇਹਨਾਂ ਦੇ ਉੱਤੇ ਜ਼ਿਕਰ ਕਰਕੇ ਥੱਲੇ ਵਾਲੀ ਫੋਰਸ ਨੂੰ ਬਰੀਫ ਕਰੋ ਲੋਕਾਂ ਨੇ ਘਰਾਂ 'ਚ ਇੱਥੇ ਡੇਰੀਆਂ ਰੱਖੀਆਂ ਉੱਥੇ ਪਸ਼ੂਆਂ ਵਾਸਤੇ ਚਾਰਾ ਆਉਂਦਾ ਜਾਂ ਕੋਈ ਕੰਮ ਹੈ ਪਸ਼ੂਨ ਜਾ ਰਹੇ ਆ ਉੱਥੇ ਪੱਠੇ ਪਾਉਣ ਲਈ ਜੋ ਕੋਈ ਬੰਦਾ ਕਹਿ ਰਿਹਾ ਇਹੋ ਜੀ ਗੱਲ ਉਹਦੀ ਧਿਆਨ ਨਾਲ ਸੁਣੋ ਵੀ ਜਿਹੜੀ ਇਹਨੇ ਗੱਲ ਦੱਸੀ ਆ ਉਹ ਬਿਲਕੁਲ ਸਹੀ ਆ ਵੀ ਉਹ ਡੇਰੀ ਤੇ ਜਾ ਰਿਹਾ ਬੰਦਾ ਉਹਨੇ ਉੱਥੋਂ ਦੁੱਧ ਚੋਣਣਾ ਆ ਜਾ ਉਹ ਤੇ ਪੱਠੇ ਲੈ ਕੇ ਜਾ ਰਿਹਾ ਜਾਂ ਪੱਠੇ ਵਧਣੇ ਜਾ ਕੇ ਉਹਨੂੰ ਜਾਣ ਦਿਓ ਯਾਰ ਹਰ ਬੰਦੇ ਨੂੰ ਧਿਆਨ ਨਾਲ ਪੁੱਛ ਕੇ ਫਿਰ ਆਪਣਾ ਦਿਮਾਗ ਵਰਤ ਕੇ ਫਿਰ ਉਹਦੇ ਮੁਤਾਬਕ ਚੱਲੋ ਸਖਤੀ ਰੱਖਣੀ ਆ ਪਰ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਕਿ ਲੋਕ ਬਾਹਰ ਆ ਜਾਣ ਔਰ ਮੁੜ ਕੇ ਆਪਣੇ ਕੋਲ ਲੈਂਡ ਆਰਡਰ ਨਾਲ ਸੰਭੇਜ ਜਾਵੇ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਰੱਖਦੇ ਹੋਏ ਬੜੇ ਪਿਆਰ ਨਾਲ ਲੋਕਾਂ ਦੇ ਨਾਲ ਵਿਚਰਨਾ ਡਾਗ ਵੀ ਹੱਥ 'ਚ ਚਾਹੀਦੀ ਆ ਔਰ ਆ ਸਾਰੇ ਕੰਮਾਂ ਦੀ ਪੂਰਤੀ ਕਰਾਉਣੀ ਆ ਹਾਲਾਂਕਿ ਅਸੀਂ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਆਡੀਓ ਕਿਸ ਸ਼ਹਿਰ ਦੀ ਹੈ ਤੇ ਕਿਹੜੇ ਸ਼ਹਿਰ ਦੇ ਵੱਡੇ ਆਫਸਰਾਂ ਦੀ ਮੀਟਿੰਗ ਹੋਈ ਸੀ ਪਰ ਇਹ ਆਡੀਓ ਨੂੰ ਸੁਣਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਖੁਸ਼ੀ ਜ਼ਰੂਰ ਹੋਵੇਗੀ ਜੋ ਬਿਨਾਂ ਰਸਣ ਤੇ ਬਿਨਾਂ ਦਵਾਈਆਂ ਦੇ ਘਰਾਂ ਚੌਕੇ ਹੋ ਕੇ ਦਿਨ ਕੱਟ ਰਹੇ ਸੀ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ